ਖੰਨੇ ਦੀਆਂ ਨੇ ਜਿੱਥੇ ਪੁਲਿਸ ਨੇ ਛਾਪਾਮਾਰੀ ਕੀਤੀ ਹੈ। ਸਵੇਰੇ ਸਵੇਰੇ 6 ਵਜੇ ਪੁਲਿਸ ਨੇ ਦਸਤਕ ਦਿੱਤੀ ਤਾਂ ਲੋਕਾਂ 'ਚ ਹਵੜਾ ਤਬੜੀ ਮੱਚ ਗਈ। ਪੁਲਿਸ ਨੇ ਖੰਨੇ ਦੇ ਕਈ ਇਲਾਕਿਆਂ ਵਿੱਚ ਨਸ਼ੇ ਦੇ ਉੱਤੇ ਛਾਪਾਮਾਰੀ ਕੀਤੀ ਹੈ। ਇੱਥੇ ਲਗਭਗ ਹਰ ਚੀਜ਼ ਫਰੋਲੀ ਗਈ ਹੈ। ਪੰਜਾਬ ਪੁਲਿਸ ਦਾ ਮਕਸਦ ਹੈ ਕਿ ਇਹ ਨਸ਼ਿਆਂ ਤੋਂ ਦੂਰ ਕਰਨਾ। ਸਾਹਿਬ ਦੀਆਂ ਹਦਾਇਤਾਂ ਮੁਤਾਬਕ SSP ਦੀ ਰਮਾਈ ਹੇਠ SSP ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਅਸੀਂ ਅਰਲੀ ਮਾਰਨਿੰਗ ਕਸ ਓਪਰੇਸ਼ਨ ਕੀਤਾ ਸੀਗਾ ਜਿੱਥੇ ਹੋਟਸਪੋਟ ਹੈਗੇ ਨੇ, ਜਿੱਥੇ ਸਾਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ। ਅਤੇ ਅਰਲੀ ਮਾਰਨਿੰਗ ਅਸੀਂ 50-60 ਮੁਲਾਜ਼ਮ ਲੈ ਕੇ ਸਬ ਡਿਵੀਜ਼ਨ ਦੇ ਮੀਟ ਮਾਰਕੀਟ ਪਿੰਡ ਦਹੇੜੂ ਇਹਨਾਂ 'ਚ ਇਹ ਸਰਚ ਓਪਰੇਸ਼ਨ ਕੀਤਾ ਹੈ। ਅਜੇ ਚੱਲਦੇ ਹਾਂ, ਸਾਡਾ ਸਰਚ ਓਪਰੇਸ਼ਨ 8 ਵਜੇ ਤੱਕ ਚੱਲਣਾ। ਜੋ ਵੀ ਬਰਾਮਦਗੀਆਂ ਹੋਈਆਂ ਉਹ ਤੁਹਾਨੂੰ ਬਾਅਦ 'ਚ ਦੱਸ ਦਿੱਤਾ ਜਾਊਗਾ। ਆਮ ਜਨਤਾ ਨੂੰ ਕੀ ਸਹਿਯੋਗ ਕੀਤਾ? ਅਸੀਂ ਆਮ ਜਨਤਾ ਨੂੰ ਸਹਿਯੋਗ ਕਰਦੇ ਹਾਂ, ਜੋ ਵੀ ਕੋਈ ਨਸ਼ਾ ਵੇਚਦਾ ਪਿੰਡ 'ਚ ਹੈ ਤਾਂ ਇਮੀਡੀਏਟਲੀ ਸਾਨੂੰ ਇਤਲਾਹ ਦਿੱਤੀ ਜਾਵੇ, ਉਹਦਾ ਨਾਂ ਗੁਪਤ ਰੱਖੇ। ਟਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।